ਕੋਰੋਨਾ ਪੋਜ਼ਿਟਿਵ ਰਿਪੋਰਟ ਆਉਣ ਤੋਂ ਬਾਅਦ ਆਮ ਤੌਰ ਤੇ ਪੀੜਤ ਲੋਕਾਂ ਦਾ ਹੌਸਲਾ ਟੁੱਟ ਜਾਂਦਾ ਹੈ ਪਰ ਰੂਪਨਗਰ ਦੀ ਦਲੇਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਕੋਰੋਨਾ ਪੋਜ਼ਿਟਿਵ ਹੋਣ ਦੇ ਬਾਅਦ ਵੀ ਕੋਰੋਨਾ ਨਾਲ ਫਰੰਟ ਲਾਈਨ ਤੇ ਲੜਨ ਵਾਲੇ ਯੋਧਿਆਂ ਦਾ ਹੌਸਲਾ ਵਧਾ ਰਹੀ ਹੈ ਇੱਥੇ ਦੱਸਦੇ ਕਿ ਪੋਜ਼ਿਟਿਵ ਹੋਣ ਤੋਂ ਬਾਅਦ ਨਾ ਸਿਰਫ ਡਿਪਟੀ ਕਮਿਸ਼ਨਰ ਦੇ ਹੌਸਲੇ ਬੁਲੰਦ ਹਨ ਸਗੋਂ ਉਹਨਾਂ ਦੇ ਪਰਿਵਾਰ ਦੇ 6 ਮੈਂਬਰ ਵੀ ਪੋਜ਼ਿਟਿਵ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਬੁਲੰਦ ਹੌਸਲੇ ਰੱਖ ਰਹੇ ਨੇ ਕੋਰੋਨਾ ਪੋਜ਼ਿਟਿਵ ਹੋਣ ਦੇ ਬਾਅਦ ਡਿਪਟੀ ਕਮਿਸ਼ਨਰ ਰੂਪਨਗਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਘਰ 'ਚ ਹੀ ਆਈਸੋਲੇਟ ਨੇ ਕਿਉਂਕਿ ਉਹਨਾਂ 'ਚ ਕੋਰੋਨਾ ਦੇ ਜ਼ਿਆਦਾ ਲੱਛਣ ਨਹੀਂ ਹਨ ਅਤੇ ਉਹਨਾਂ ਨੇ ਆਪਣੇ ਘਰ ਤੋਂ ਲਾਈਵ ਹੋ ਕੇ ਕੋਰੋਨਾ ਨਾਲ ਫਰੰਟ ਲਾਈਨ ਤੇ ਲੜਨ ਵਾਲੇ ਯੋਧਿਆਂ ਦੇ ਹੌਸਲੇ ਨੂੰ ਵਧਾਉਂਦੇ ਹੋਏ ਹੌਸਲਾ ਅਫਜਾਈ ਕੀਤੀ ਲਾਈਵ ਜ਼ਰੀਏ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਗਾਈਡਲਾਈਨਾਂ ਦੀ ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਬਣਾ ਕੇ ਰੱਖੋ ਮੂੰਹ ਅਤੇ ਮਾਸਕ ਜ਼ਰੂਰ ਲਗਾਓ ਮੈਂ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੋਪੜ ਬੋਲ ਰਹੀ ਹਾਂ ਕੁਝ ਦਿਨ ਪਹਿਲਾਂ ਮੈਂ ਅਤੇ ਮੇਰੇ ਪਰਿਵਾਰ ਦੇ ਕੁਝ ਮੈਂਬਰਸ ਕੋਰੋਨਾ ਪੋਜ਼ਿਟਿਵ ਪਾਏ ਗਏ ਸੀ ਹਾਲੀਗੜ੍ਹ ਦੇ ਵਿੱਚ ਸਾਡੇ ਕੋਲ ਕੋਈ ਸਿਮਟਮਸ ਨਾ ਹੋਣ ਕਰਕੇ ਅਸੀਂ ਹੋਮ ਆਈਸੋਲੇਟਿਡ ਨੇ ਆਪ ਸਾਰਿਆਂ ਦੀ ਗੁੱਡ ਵਿਸ਼ਸ ਕਰਕੇ ਇਸ ਮੁਸ਼ਕਿਲ ਘੜੀ ਨੂੰ ਅਸੀਂ ਚੰਗੇ ਤਰੀਕੇ ਨਾਲ ਨਿਕਾਲ ਰਹੇ ਨੇ ਇਹ ਲੜਾਈ ਸਰੀਰਕ ਲੜਾਈ ਤੋਂ ਇਲਾਵਾ ਇੱਕ ਮਾਨਸਿਕ ਲੜਾਈ ਵੀ ਹੈ ਅਤੇ ਬਹੁਤ ਜ਼ਰੂਰੀ ਹੈ ਕਿ ਸਾਡਾ ਮਨੋਬਲ ਇਸ ਦੇ ਵਿੱਚ ਉੱਚਾ ਰਹੇ ਮੇਰੇ ਵਰਗੇ ਲੱਖਾਂ ਦੀ ਤਾਦਾਦ ਦੇ ਵਿੱਚ ਫਰੰਟਲਾਈਨ ਵਰਕਰਸ ਇਸ ਕੋਰੋਨਾ ਕਾਲ ਦੇ ਵਿੱਚ ਆਪਣੀ ਘਰਾਂ ਦੀ ਸੇਫਟੀ ਤੋਂ ਨਿਕਲ ਕੇ ਆਪ ਦੇ ਵਾਸਤੇ ਫੀਲਡ ਦੇ ਵਿੱਚ ਜਾ ਕੇ ਕੰਮ ਕਰ ਰਹੇ ਨੇ ਅਸੀਂ ਮਾਸਕ ਦੀ ਵਰਤੋਂ ਵੀ ਕਰਦੇ ਨੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਕਰਦੇ ਨੇ ਲੇਕਿਨ ਫਿਰ ਵੀ ਸਾਡਾ ਰਿਸਕ ਆਫ ਐਕਸਪੋਜ਼ਰ ਕਾਫੀ ਹਾਈ ਰਹਿੰਦਾ ਹੈ ਇਸ ਕਰਕੇ ਆਪ ਸਾਰਿਆਂ ਤੋਂ ਅਪੀਲ ਹੈ ਕਿ ਆਪਣੇ ਘਰ ਤੋਂ ਬਹੁਤ ਹੀ ਜ਼ਰੂਰੀ ਕਾਰਨਾਂ ਤੋਂ ਹੀ ਨਿਕਲਿਆ ਜਾਵੇ ਨਿਕਲਦੇ ਵਕਤ ਮਾਸਕ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖਿਆਲ ਰੱਖਿਆ ਜਾਵੇ ਆਪਣੇ ਕੋਵਰਕਰਸ ਔਰ ਰਿਸ਼ਤੇਦਾਰਾਂ ਦੇ ਨਾਲ ਮਿਲਦੇ ਵਕਤ ਵੀ ਮਾਸਕ ਦੀ ਵਰਤੋਂ ਕੀਤੀ ਜਾਵੇ ਪਰਿਵਾਰ ਦੇ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ ਜੇਕਰ ਕਿਸੇ ਨੂੰ ਕੋਈ ਖਾਂਸੀ ਬੁਖਾਰ ਦੇ ਲੱਛਣ ਨੇ ਤਾਂ ਤੁਰੰਤ 112 ਹੈਲਪਲਾਈਨ ਨੰਬਰ ਜਾਂ ਕਿਸੇ ਨਜ਼ਦੀਕੀ ਸਵਾਸਥ ਕੇਂਦਰ ਦੇ ਵਿੱਚ ਜਾ ਕੇ ਜ਼ਰੂਰ ਸੰਪਰਕ ਕਰਨ ਜੇਕਰ ਤੁਸੀਂ ਸਾਰੇ ਇਹ ਉਪਾਅ ਅਪਣਾਓਗੇ ਤਾਂ ਯਕੀਨਨ ਅਸੀਂ ਮਿਸ਼ਨ ਫਤਿਹ ਦੇ ਵਿੱਚ ਜਿੱਤ ਹਾਸਿਲ ਕਰਾਂਗੇ ਅਤੇ ਧਿਆਨ ਰੱਖੀਏ ਬਿਮਾਰੀ ਨਾਲ ਲੜਨਾ ਹੈ ਬਿਮਾਰ ਨਾਲ ਨਹੀਂ ਇਸ ਕਰਕੇ ਆਪਣੇ ਸਹਿਯੋਗ ਨਾਲ ਅਸੀਂ ਪੰਜਾਬ ਨੂੰ ਇਸ ਮਿਸ਼ਨ ਫਤਿਹ ਦੇ ਵਿੱਚ ਫਤਿਹ ਦਿਲਾਵਾਂਗੇ ਅਤੇ ਅੱਗੇ ਲੈ ਕੇ ਜਾਵਾਂਗੇ ਜੈ ਹਿੰਦ NC7 News to give advertisement for flash ad, video ad and paid stories on this channel, contact us on 9855858559.